ਡੀਸੀ ਦੇ ਹਰਜਿੰਦਰ ਸਿੰਘ ਧਾਮੀ ਜੀ ਆਪਦੀ ਸਮੁੱਚੀ ਟੀਮ ਦੇ ਨਾਲ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹੈ। ਉਸ ਦੇ ਵਿੱਚ ਉਹਨਾਂ ਨੇ ਕੀ ਕੀ ਮੰਗਾਂ ਰੱਖੀਆਂ ਆਓ ਸੁਣਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਉਹ ਸਾਰੇ ਡੀਸੀ ਸਾਹਿਬ ਨੂੰ ਇੱਕ ਮੈਮੋਰੈਂਡਮ ਦੇਣ ਪਹੁੰਚੇ। ਪਿਛਲੇ ਦਿਨਾਂ ਦੇ ਵਿੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਅਕਾਲ ਤਖ਼ਤ 'ਤੇ ਵਿਸ਼ੇਸ਼ ਜਿਹੜੀ ਇਕੱਤਰਤਾ ਕੀਤੀ ਸੀ, ਜਿਹਦੇ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਆਪਣਾ ਹਿੱਸਾ ਲਿਆ ਸੀ ਔਰ ਉਸ ਹਿੱਸੇ ਦੇ ਵਿੱਚ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦਾਇਤ ਕੀਤੀ ਸੀ, ਨਾਲ ਸਰਕਾਰ ਨੂੰ ਇੱਕ ਅਲਟੀਮੇਟਮ ਵੀ ਦਿੱਤਾ ਸੀ ਕਿ 24 ਘੰਟਿਆਂ ਦੇ ਵਿੱਚ ਇਹ ਜਿਹੜਾ ਜਿੰਨੇ ਇਨੋਸੈਂਟ ਬੇਕਸੂਰੇ ਉਹਨਾਂ ਸਾਰਿਆਂ ਨੂੰ ਰਿਹਾਅ ਕੀਤਾ ਜਾਵੇ। ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਅਫਸੋਸ ਆ ਕਿ ਸਿੰਘ ਸਾਹਿਬ ਦਾ ਜਿਹੜਾ ਉਹ ਟਵੀਟਰ ਸੀਗਾ ਜਿਹਦੇ ਤੋਂ ਉਹਨੇ ਸਦਰ ਪੱਤੇ ਦਿੱਤੇ ਸੀ, ਉਹ ਸੱਦਾ ਪੱਤਰ ਹੀ ਜਿਹੜਾ ਉਹ ਟਵੀਟਰ ਬੰਦ ਕਰ ਦਿੱਤਾ ਗਿਆ। ਅਤੇ ਮੈਂ ਸਮਝਦਾ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੋਵੇ ਤਾਂ ਫਿਰ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰੀਏ ਇਹ ਸੋਭਾ ਨਹੀਂ ਦਿੰਦੀਆਂ। ਸੋ ਅਲਟੀਮੇਟਮ ਤੋਂ ਬਾਅਦ ਜਿਹੜਾ ਪ੍ਰਾਈਮ ਮਿਨਿਸਟਰ ਦੇ ਪੋਰਟਲ ਦੇ ਉੱਤੇ ਜਿਹੜਾ ਇੱਕ ਸਿੱਖ ਐਕਸਟ੍ਰੀਮਿਸਟ ਲਿਖਿਆ ਸੀ ਉਹ ਵਾਪਸ ਲਿਆ ਗਿਆ। ਉੱਧਰ ਨਾਰੀਮਾਨ ਦੇ ਉੱਤੇ ਜਿਹੜੇ ਇਸ਼ਤਿਹਾਰ ਲੱਗੇ ਹੋ ਸੀ, ਪੋਸਟਰ ਲੱਗੇ ਸੀ, ਉਹ ਸਾਰੇ ਵਾਪਸ ਹੋਏ। ਚਲੋ ਚੰਗੀ ਗੱਲ ਸੀ, ਪੰਜਾਬ ਸਰਕਾਰ ਨੇ ਵੀ ਉਹ ਜਿਹੜੇ ਬੇਕਸੂਰਿਆਂ ਦੇ ਵਿੱਚ ਪੂਰੇ ਨਹੀਂ ਪਰ ਬਹੁਤ ਸਾਰੇ ਜਿਹੜੇ 751 ਦੇ ਵਿੱਚ ਪ੍ਰਵੈਂਟਿਵ ਮਈਅਰ ਫੜਿਓ ਸੀ ਉਹ ਸਾਰੇ ਜ਼ਮਾਨਤਾਂ 'ਤੇ ਰਿਹਾਅ ਕੀਤੇ। ਸਾਡੀ ਅੱਜ ਮੁੱਖ ਮੰਗ ਆ ਸਰਕਾਰਾਂ ਲਈ, ਇਹ ਕੁਝ ਵੀ ਗੱਲ ਨਹੀਂ ਹੁੰਦੀ ਕਿ ਉਹ 751 ਵਾਲੇ ਜਿੰਨੇ ਜ਼ਮਾਨਤਾਂ 'ਤੇ ਰਿਹਾਅ ਕੀਤੇ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇ। ਉਹ ਤੋਂ ਇਲਾਵਾ ਜਿਹੜੇ ਫੌਜਦਾਰੀ ਕੇਸਾਂ ਦੇ ਵਿੱਚ ਇਨਵੋਲਵ ਆ ਉਹਨਾਂ ਨੂੰ ਮੁੜ ਕੇ ਰਿਵਿਊ ਕੀਤਾ ਜਾਵੇ, ਹੋਰ ਏਜੰਸੀਆਂ ਉਹਦੀ ਪੜਤਾਲ ਕਰਨ, ਉਹਨਾਂ ਦੇ ਵਿੱਚ ਜਿਹੜੇ ਬੇਕਸੂਰੇ ਆ ਉਹਨਾਂ ਦੇ ਕੇਸ ਵੀ ਜਿਹੜੇ ਉਹ ਤੁਰੰਤ ਵਾਪਸ ਲਏ ਜਾਣ। ਉਸ ਤੋਂ ਇਲਾਵਾ ਜਿਹੜੇ ਸਾਡੇ NSA ਦੇ ਵਿੱਚ ਬਾਹਰ ਪੰਜਾਬੋਂ ਭੇਜ ਦਿੱਤੇ ਗਏ ਆ ਉਹਨਾਂ ਨੂੰ ਵੀ ਜਾਂ ਤਾਂ ਪਹਿਲਾਂ ਪੰਜਾਬ ਵਿੱਚ ਸ਼ਿਫਟ ਕੀਤੇ ਜਾਣ, ਜੇ ਪੰਜਾਬ 'ਚ ਨਹੀਂ ਸ਼ਿਫਟ ਕੀਤੇ ਜਾਂਦੇ ਤਾਂ ਉਹਨਾਂ ਨੂੰ ਕਾਨੂੰਨੀ ਜਿਹੜੀ ਸਾਡੀ ਇਮਦਾਦ ਹੁੰਦੀ ਆ ਉਹ ਮੁਹੱਈਆ ਕੀਤੀ ਜਾਵੇ। ਪੰਜਾਬ ਸਟੇਟ ਉੱਥੋਂ ਇਜਾਜ਼ਤ ਲੈ ਕੇ ਦੇਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ। ਸਾਡਾ ਪੈਨਲ ਸਰਦਾਰ ਭਗਵੰਤ ਸਿੰਘ ਸਿਆਲਕੇ ਦੇ ਅਸੀਂ ਬਣਾਤਾ ਇਹਦੀ ਚੇਅਰਮੈਨੀ ਥੱਲੇ, ਇਹ ਸਾਰੇ ਉੱਥੇ ਜਾ ਕੇ ਉਹਨਾਂ ਨਾਲ ਜਾ ਕੇ ਮੁਲਾਕਾਤ ਕਰਕੇ ਉਹਨਾਂ ਦੇ ਰਿਪ੍ਰਜੈਂਟੇਸ਼ਨ ਵੀ ਦੇਣਗੇ, ਉਹਨਾਂ ਦੇ ਕੇਸਾਂ ਦੀ ਵੀ ਪੈਰਵਾਈ ਕਰਨਗੇ। ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਹੋਰ ਪਰਿਵਾਰਕ ਜੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉੱਥੇ ਜਾ ਕੇ ਉਹ ਆਪਣੇ ਬੱਚਿਆਂ ਨੂੰ ਮਿਲ ਸਕਣ। ਸੋ ਦੂਸਰੀ ਜਿਹੜੀ ਬੇਨਤੀ ਬਹੁਤ ਵੱਡੀ ਕਿ ਪਿਛਲੇ ਲੰਮੇ ਸਮੇਂ ਤੋਂ ਮੈਂ ਅੱਜ ਵੀ ਦੇਖ ਰਿਹਾ ਕਿ ਬਹੁਤ ਵੱਡਾ ਪੰਜਾਬ ਦਾ ਮਾਹੌਲ ਇਹਨੂੰ ਇੱਕ ਫੀਅਰ ਸਾਈਕਰਿਸ ਦੇ ਵਿੱਚ ਜਿਹੜਾ ਆ ਉਹ ਪਰਿਵਰਤਨ ਇਹਦਾ ਤਬਦੀਲ ਕੀਤਾ ਜਾ ਰਿਹਾ। ਪੰਜਾਬ ਦੇ ਲੋਕ ਪਹਿਲਾਂ ਗੁਲਾਮੀ ਵੇਲੇ ਵੀ ਲੜਦੇ ਰਹੇ, ਆਜ਼ਾਦ ਹੋਣ ਤੋਂ ਬਾਅਦ ਵੀ ਆਪਣੇ ਹੱਕਾਂ ਲਈ ਹਕੂਕਾਂ ਲਈ ਇਹ ਲੜਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ ਸਮੇਂ ਦੇ ਉੱਤੇ, ਜੇ ਗੁਲਾਮੀ ਦਾ ਸਮਾਂ ਸੀ ਉਸ ਵੇਲੇ ਵੀ ਸਾਡੇ ਬਜ਼ੁਰਗ ਚਾਹੇ ਨਨਕਾਣਾ ਸਾਹਿਬ ਹਾਈ ਕੋਰਟ ਦੇ ਵਿੱਚ ਉੱਥੇ ਵੀ ਜਾ ਕੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸ ਮਹਾਨਤਾਂ ਦੇ ਨਾਲ ਲੜਦੇ ਰਹੇ। ਉਸ ਤੋਂ ਬਾਅਦ ਵੀ ਜਿੰਨਾ ਵੀ ਸਮਾਂ ਆਇਆ ਕਿਸੇ ਵੇਲੇ ਮਨੁੱਖੀ ਹੱਕਾਂ ਹਕੂਕਾਂ ਦੀ ਗੱਲ ਹੋਈ ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪਹਿਰਾ ਦਿੱਤਾ। 84 ਤੋਂ ਬਾਅਦ ਦਾ ਘੱਲੂਘਾਰਾ ਹੋਇਆ ਉਹਦੇ ਵਿੱਚ ਵੀ ਜੋਧਪੁਰ ਦੇ ਕੈਦੀ ਹੋਰ ਪੰਜਾਬ ਦੇ ਜਿਹੜੇ ਬੇਕਸੂਰੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਪੈਰਵਹੀ ਕਰਕੇ ਕਾਨੂੰਨੀ ਇਮਦਾਦ ਜਿਹੜੀ ਉਹ ਦਿੱਤੀ ਗਈ। ਅੱਜ ਦੇ ਅਜੋਕੇ ਸਮੇਂ ਦੇ ਵਿੱਚ ਵੀ ਆਹ ਪਿਛਲਾ ਸਮਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਬੰਦੀ ਸਿੰਘ ਸਾਡੇ 33-33 ਸਾਲ ਦੇ ਅੰਦਰ ਬੈਠੇ ਆ ਉਹਨਾਂ ਨੇ ਵੀ ਮੁਹਿੰਮ ਚਲਾਈ ਸੀ, ਦਸਤ ਦੀ ਮੁਹਿੰਮ ਚੱਲ ਰਹੀ ਆ ਜਿਹਦੇ ਬਾਰੇ ਹੁਣ ਛੇਤੀ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ, ਪਰ ਉਹਨਾਂ ਦੀ ਰਿਹਾਈ ਤਾਂ ਹਾਲੇ ਇੱਕ ਪਾਸੇ ਰਹੀ, ਆਹ ਨਵੀਆਂ ਜਿਹੜੀਆਂ ਆ ਉਹ ਗ੍ਰਿਫਤਾਰੀਆਂ ਹੋ ਗਈਆਂ। ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮੇਸ਼ਾ ਹੀ ਜੋ ਕੌਮ ਦੀ ਕਿਉਂਕਿ ਸਿਰਮੌਰ ਜਥੇਬੰਦੀ ਆ
श्री अकाल तख्त साहब का आदेश आ। सो अज असी तहत ही इतने डिप्टी कमिश्नर अमृतसर न एक मैमोरेंडम देन जा रहे हैं जिदे साड़िया तीन मुख मंगा। दूसरी मंग पे पंजाब के हालात ये सुखाले आ, इन्हों होर सुखाला बनाया जाए। पंजाब के लोग अमन शांति ना रहना चाहते आ, तो अमन शांति दे मदई आ, अज भी अमन शांति दे मदई आ। गुरु रामदास पातशाह जी का पवित्र दर जिथे लोग नतमस्तक फोन आते आ, कई बार मैनू भी टेलीफोन करते भाई जी उत्थे जावे मत्था टेक हो जाऊगा। एवं दे हालात ना बनाइए, कानून अपना ढंग अपना जिहड़ा उहदा सिस्टम आ उह च चले, पर आम लोगों नूं जिहड़ा आ उह परेशानी का सामना ना करना पवे। इस करके आ समुचे तौर ते सारे लगदा कोई दबाव पवेगा इस नाल सरकार ते, ये जथेदार साहब दसणगे कल तक। प्रधान जी लगता कोई दबाव ना कामयाब हो गए इस तरह? देखो बेनती ये आ भी डेमोक्रेसी का एक नॉर्म आ, उस नॉर्म के बंदा जिहड़ा अपना प्रदर्शन कर सकता, अपना कानून भी अपना राह अख्तियार करता, पर कई बार लोगों की आवाज़ खलकत लुगारे खुदा ये भी कहिंदे कबूल हो जाती है। तो असीं तां सरकार तो मंग करते हैं चंगी गल जिहड़े छड्डे आ पर डिस्चार्ज कर दिओ, जिहड़े दूजे उन्हां दे भी रिव्यू कर लो तां कि लोगों के जिहड़ा ये माहौल सिरजिया गया वह माहौल जिहड़ा। तां जी अज मंगा ना मन्नियां गईआं तां अग्गे की रणनीति रहणा? देखो आ तां मंगा साडियां तकरीबन बहुत सारियां मंग हो चुकियां मन जथेदार साहब तो बाद, पर जिहड़ियां हुण रहिंदियां आ उन्होंने भी असं अपना यतनशील ही आते अज असी किया फिर होर सिस्टम जोड़ा कोई प्रोग्राम वो होर नवे सिरों लिखा। देखो जी पिछले कुछ दिनों तो जोड़े पंजाब के माहौल हालात बने ने वो आप सब जानते हो कि किमें नौजवान बच्चों चुक के जेलों सुटा जा रहा, उन्होंने एन एस सी अधीन डिब्रूगढ़ जेलों होर जेलों भेजा जा रहा। जड़ी भी एक जो ये घटना है बहुत निंदनयोग आ, क्योंकि अमृतपाल ने कोई गुनाह नहीं किया, उन्हें अमृत संचार की लहर शुरू की सी, बहुत वधिया सी, असीं उहदा समर्थन करते कि जिहड़ी लहर शुरू की अमृत संचार की, पर जिहड़े अलुप्त हला अजनाला घटना तो बाद जिहड़े हालात बने आ उन्हां हालातों की आड़ विच पंजाब सरकार ते सेंटर गवर्नमेंट बच्चों नूं चुक के उन्हां ते तशद्दुद कर रही आ, उन्हां दे परचे दर्ज कर रही आ, फिर उन्हां दे एन एस ए भी लाई जा रही है। एन एस ए सिखां दे किवें लगती है? जिहड़े हिंदू राष्ट्र की गल करते उन्होंने कौन लगती? हिंदुस्तान जिहड़ा वो सारिया ही धर्मां दा सांझा देश आ, इत्थे हर धर्म का व्यक्ति रहिंदा, ना कि किसी एक धर्म का व्यक्ति विशेष। इस करके सरकार नूं चाहिए सी कि पंजाब के जिहड़े मुंडे आ नौजवान ने उन्हां नाल वधिया तरीके नाल पेश आया जांदा, उन्हां ते नजायज़ परचे दर्ज करने, उन्हां नूं एन एस ए दी नज़रबंद करना, यह सिखां नूं बेगानगी वाला एहसास कराने वाली गल। जिहड़े 1984 तो 90 तक हालात रहे ने उह जिहे हालात फिर पंजाब सरकार बना रही आ, यह सेंटर गौरमेंट की शहना बना रही आ। पंजाब सरकार नूं सोचना चाहिए कि मैं असी सेंटर गौरमेंट ने सारे स्टेटां दी इलैक्शन लड़नी आ, वो पंजाब दे माहौल खराब करके इलैक्शन लड़ना चाहुंदी है, तां कि बाहरले स्टेटां च बहु गिणती जिहड़ी आ उहनां दी संमति ला सके, ये किसी भी तरह उचित नहीं। पंजाब सरकार नूं सेंटर गौरमेंट हत्थ नहीं खड़ना चाहिए, उन्होंने पंजाब दे जिहड़ा माहौल बड़ा शांतिपूर्वक आ, बड़ियां कुर्बानियां देने तो बाद माहौल बनया वधिया, तो इहनूं ये माहौल नूं कायम रखना चाहिए। जिन्हें भी नौजवान हुण अरैसट किए ने, किसी ने सैल्फी खिचाली, किसी ने फोटो कराली भगवंत मान उन्होंने अमृतपाल जी ने, किसी ने पूरी पोस्ट शेयर करती, जे ये कोई गुनाह तो है नहीं कि उन्होंने ऐसे देनी उन्होंने चुक के जेलों बंद कर दो, उन्होंने कोई उन्हें कोई क्राइम नहीं किया जिहड़ा कि उन्होंने एन एस ए लाई जा रही है। ये सारी गेम जिहड़ी आ ये बनाई जा रही है, ये नौजवानों तुरंत तैयार करना चाहिए। भगवंत मान चाहिए सी कि वह सिंह साहब का आदेश मानता, जो भी सिंह साहब ने कहा सी उहनू चाहिए सी, वो ये कहिंदा कि मैं सिंह साहब जी का आदेश मानता हाँ, असी जो भी बच्चा कोई निर्दोष आ उन्हों इनकुआरी करके छड़िया जाऊगा, पर उन्हें सिंह साहब ने चैलेंज करता, सिंह साहब ने चैलेंज करना सिख कौम कभी बर्दाश्त नहीं करते, क्योंकि जहदार काल तक का हुक्म आ वो जै एक व्यक्ति विशेष का नहीं हुंदा,
ਦੇਖੋ ਜੀ ਇਹ ਤਾਂ ਸਿੰਘ ਸਾਹਿਬ ਨੂੰ ਉਹਨਾਂ ਨੇ ਕਿਹਾ ਵਾ ਸਿੰਘ ਸਾਹਿਬ ਵੇਖਣਗੇ ਕੀ ਕਰਨਾ ਹੈ ਸਰਬੱਤ ਖਾਲਸਾ ਬੁਲਾਉਣਾ ਨਹੀਂ ਬੁਲਾਉਣਾ ਕਿਉਂਕਿ ਇਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਆ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਕਿ ਜਿੰਨੇ ਬੱਚੇ ਰਿਹਾ ਫੜੇ ਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਗੌਰਮੈਂਟ ਦੇ ਰਾਹੀਂ ਫੜੇ ਨੇ ਉਹ ਤੁਰੰਤ ਰਿਹਾ ਕੀਤੇ ਜਾਣ ਜਿਹੜੇ MSH ਅਧੀਨ ਡਬਰੂਗੜ੍ਹ ਜੇਲ੍ਹ ਭੇਜੇ ਆ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਉਹਨਾਂ ਨੂੰ ਆਪਣੇ ਮਾਪਿਆਂ ਨਾਲ ਮਿਲਣ ਦੀ ਆਗਿਆ ਦਿੱਤੀ ਜਾਵੇ ਸਾਂਸਦ ਰਵਨੀਤ ਬਿੱਟੂ ਹੋਣ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਨਿਸ਼ਾਨੇ ਸਾਧਦੇ ਵਿਖਾਈ ਦਿੰਦੇ ਔਰ ਜਥੇਦਾਰ ਸਾਹਿਬ ਨੂੰ ਵੀ ਇਹੀ ਕਹਿੰਦੇ ਪਏ ਨੇ ਕਿ ਉਹ ਪਰਿਵਾਰਵਾਦ ਤੋਂ ਬਾਹਰ ਆਉਣ ਇਹਨੂੰ ਕਿਸ ਤਰ੍ਹਾਂ ਜਿਹੜਾ ਜਦੋਂ ਦੇ ਵੀ ਗਿਆਨੀ ਹਰਪ੍ਰੀਤ ਸਿੰਘ ਜਹਦਰ ਕੌਮ ਦੀ ਅਗਵਾਈ ਕਰ ਰਹੇ ਨੇ ਜਦੋਂ ਵੀ ਉਹਨਾਂ ਜਹਦਰੀ ਸੰਭਾਲੀ ਆ ਉਹ ਨਿਡਰ ਫੈਸਲੇ ਲੈ ਰਹੇ ਨੇ ਉਹ ਕਿਸੇ ਦਬਾਅ 'ਚ ਫੈਸਲੇ ਨਹੀਂ ਦਿੰਦੇ ਨਾ ਹੀ ਉਹ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੀ ਉਹ ਗੱਲ ਸੁਣ ਰਹੇ ਨੇ ਉਹ ਜੋ ਵੀ ਫੈਸਲੇ ਲੈਂਦੇ ਨੇ ਉਹ ਪੰਜ ਸਿੰਘ ਸਾਹਿਬ ਦੀ ਸਹਿਮਤੀ ਨਾਲ ਵਿਦਵਾਨਾਂ ਦੀ ਰਾਏ ਨਾਲ ਬੁੱਧੀਜੀਵੀ ਦੀ ਰਾਏ ਨਾਲ ਜਾਂ ਜਿਹੜੇ ਸਾਡੇ ਜਥੇਬੰਦੀਆਂ ਉਹਨਾਂ ਦੀ ਰਾਏ ਨਾਲ ਹੀ ਫੈਸਲੇ ਲੈ ਰਹੇ ਨੇ ਨਾ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਉਹ ਕਿਸੇ ਇੱਕ ਪਾਰਟੀ ਨਾਲ ਜਾਂ ਇੱਕ ਧਰਨਾ ਖਲੋੜ ਰਹੇ ਬਿਲਕੁਲ ਗਲਤ ਆ ਇਹ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਉਹ ਸਿੰਘ ਸਾਹਿਬ ਦਾ ਹੁਕਮ ਮੰਨਦਾ ਸਿੱਖ ਕੌਮ ਜਿਹੜੀ ਉਹ ਸਿੰਘ ਸਾਹਿਬ ਦਾ ਹਮੇਸ਼ਾ ਹੀ ਹੁਕਮ ਮੰਨਦੀ ਆਈ ਅਤੇ ਗਾਂਹ ਹੀ ਮੰਨੂਗੀ ਅਤੇ ਇਹ ਭਗਵੰਤ ਮਾਨ ਨੂੰ ਵੀ ਜੇ ਉਹ ਸਿੱਖ ਆ ਤਾਂ ਉਹਨੂੰ ਚਾਹੀਦਾ ਕਿ ਉਹ ਸਿੰਘ ਸਾਹਿਬ ਦਾ ਹੁਕਮ ਮੰਨੇ।